ਜ਼ੀਰਕਪੁਰ ਦੇ ਪੀਰਮੋਚਲਾ ਖੇਤਰ 'ਚ ਸਥਿਤ ਗੋਕੁਲਧਾਮ ਸੁਸਾਇਟੀ ਦੇ ਇੱਕ ਫਲੈਟ 'ਚ ਬੀਤੇ ਦਿਨ ਦੇਰ ਸ਼ਾਮ ਹੋਏ ਪੁਲਿਸ ਮੁਕਾਬਲੇ ਦੌਰਾਨ ਮਸ਼ਹੂਰ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਗੁੰਡੇ ਅੰਕਿਤ ਪਾਦੂ ਦੀ ਮੌਤ ਹੋ ਗਈ। ਅੰਕਿਤ ਪਾਦੂ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਬਹੁਗਿਣਤੀ ਥਾਣਿਆਂ 'ਚ ਦਰਜਨਾਂ ਮਾਮਲਿਆਂ 'ਚ ਪੁਲਿਸ ਨੂੰ ਲੋੜੀਂਦਾ ਸੀ। ਇਸ ਗੁੰਡੇ 'ਤੇ ਰਾਜਸਥਾਨ ਪੁਲਿਸ ਵੱਲੋਂ 1,00,000 ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਹੈ। ਇਸ ਮੁਕਾਬਲੇ ਦੌਰਾਨ ਓਕੂ ਔਰਗਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਦਾ ਇੱਕ ASI ਅਤੇ ਸੁਸਾਇਟੀ 'ਚ ਰਹਿਣ ਵਾਲੀ ਇੱਕ 6 ਸਾਲਾ ਬੱਚੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਪੁਲਿਸ ਮੁਕਾਬਲੇ ਦੌਰਾਨ 2 ਨਾਮੀ ਗੁੰਡਿਆਂ ਨੂੰ ਵੀ ਕਾਬੂ ਕੀਤਾ ਗਿਆ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਓਕੂ ਔਰਗਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਦੇ IG ਗੁਰਮੀਤ ਚੌਹਾਨ, ਸੰਦੀਪ ਗੋਇਲ ਅਤੇ ਜ਼ਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਮੀ ਗੁੰਡਾ ਅੰਕਿਤ ਪਾਦੂ ਆਪਣੇ ਸਾਥੀਆਂ ਸਮੇਤ ਜ਼ੀਰਕਪੁਰ ਦੇ ਪਿਰਮੋਚਲਾ ਖੇਤਰ 'ਚ ਸਥਿਤ ਇੱਕ ਫਲੈਟ 'ਚ ਰਹਿ ਰਿਹਾ ਹੈ, ਜਿਸ 'ਤੇ ਪੁਲਿਸ ਨੇ ਨਾਮੀ ਗੁੰਡੇ ਵਿੱਕੀ ਕੌਂਡਰ ਦਾ ਇਨਕਾਊਂਟਰ ਕਰਨ ਵਾਲੇ DSP ਵਿਕਰਮਜੀਤ ਸਿੰਘ ਬਰਾੜ ਦੀ ਅਗਵਾਈ 'ਚ ਫਲੈਟ ਨੂੰ ਘੇਰਾ ਪਾ ਕੇ ਜਦੋਂ ਫਲੈਟ ਖੁਲਵਾਉਣ ਦੀ ਕੋਸ਼ਿਸ਼ ਕੀਤੀ ਤਾਂ ਅੰਦਰ ਮੌਜੂਦ ਗੈਂਗਸਟਰਾਂ ਵੱਲੋਂ ਪੁਲਿਸ 'ਤੇ ਗੋਲੀਬਾਰੀ ਕੀਤੀ ਗਈ। ਇਸ ਦੌਰਾਨ ਗੈਂਗਸਟਰ ਅੰਕਿਤ ਪਾਦੂ ਬਾਲਕਨੀ ਰਾਹੀਂ ਲਟਕ ਕੇ ਹੇਠਲੀ ਮੰਜ਼ਿਲ ਦੇ ਫਲੈਟ 'ਚ ਵੜ ਗਿਆ, ਜਿੱਥੇ ਉਸਨੇ ਇਸ ਫਲੈਟ 'ਚ ਰਹਿ ਰਹੇ ਇੱਕ ਪਰਿਵਾਰ ਦੀਆਂ ਬੱਚੀਆਂ ਨੂੰ ਬੰਦੀ ਬਣਾ ਲਿਆ। ਭਾਰੀ ਪੁਲਿਸ ਫੋਰਸ ਵੱਲੋਂ ਆਪਣੇ ਆਪ ਨੂੰ ਘਿਰਿਆ ਵੇਖ ਅੰਕਿਤ ਪਾਦੂ ਨੇ ਪੁਲਿਸ 'ਤੇ ਦਬਾਅ ਬਣਾਉਣ ਲਈ 6 ਸਾਲ ਦੀ ਬੱਚੀ ਅਕਸ਼ਿਤਾ ਦੀ ਕਨਪੱਟੀ 'ਤੇ ਪਿਸਤੌਲ ਲਗਾ ਕੇ ਬਾਲਕੋਨੀ 'ਚ ਆ ਗਿਆ, ਪਰ ਇਸ ਦੌਰਾਨ ਪੁਲਿਸ ਦੀ ਟੀਮ 'ਚ ਸ਼ਾਮਿਲ ਕਮਾਂਡੋਆਂ ਨੇ ਉਕਤ ਫਲੈਟ 'ਚ ਵੜ ਕੇ ਬੱਚੀ ਨੂੰ ਛੁਡਵਾ ਲਿਆ। ਇਸ ਦੌਰਾਨ ਫਲੈਟ ਦੇ ਅੰਦਰ ਹੀ ਦੋਵੇਂ ਪਾਸੇ ਤੋਂ ਹੋਈ ਭਾਰੀ ਗੋਲੀਬਾਰੀ ਦੌਰਾਨ ਪੁਲਿਸ ਟੀਮ ਦਾ ASI ਸੁਖਵਿੰਦਰ ਸਿੰਘ ਗੁੰਡੇ ਵੱਲੋਂ ਬੰਦਕ ਬਣਾਈ ਬੱਚੀ ਅਕਸ਼ਿਤਾ ਅਤੇ ਗੁੰਡਾ ਅੰਕਿਤ ਪਾਦੂ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਅੰਕਿਤ ਪਾਦੂ ਦੀ ਹਸਪਤਾਲ ਲਿਜਾਂਦੇ ਸਮੇਂ ਹੀ ਰਸਤੇ ਵਿੱਚ ਮੌਤ ਹੋ ਚੁੱਕੀ ਸੀ। ਇਹਨੇ ਰੀਸੈਂਟਲੀ ਰਾਜਸਥਾਨ ਪੁਲਿਸ ਦੇ ਨਾਲ ਹਰਿਆਣਾ ਪੁਲਿਸ ਨਾਲ ਇੱਕ ਇਨਕਾਊਂਟਰ ਹੋਇਆ ਸੀਗਾ ਅਬੋਹਰ ਦੇ ਏਰੀਏ ਦੇ ਵਿੱਚ, ਉੱਥੋਂ ਉਹਦੇ 'ਚੋਂ ਭੱਜ ਗਿਆ ਸੀ। ਇਹਦੇ ਪਿੱਛੇ ਸਾਡੇ ਕੋਲ ਅਸੀਂ ਕਾਫੀ ਦੇਰ ਦੇ ਇਹਦੇ ਪਿੱਛੇ ਕੰਮ ਕਰ ਰਹੇ ਸੀਗੇ। ਇਹਦੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਸਾਨੂੰ ਸਪੈਸੀਫਿਕਲੀ ਮਿਲੀ ਸੀਗੀ ਇਸ ਲੋਕੇਸ਼ਨ ਦੀ, ਅਤੇ ਜਦੋਂ ਇੱਥੇ ਆਏ ਸੀ ਤਾਂ ਉੱਪਰ ਇੱਕ ਫਲੈਟ ਜਿਹੜਾ ਸੀਗਾ ਜ਼ੀਰੋ ਇਨ ਕੀਤਾ ਸੀ। ਜਿਸ ਵੇਲੇ ਪੁਲਿਸ ਪਾਰਟੀ ਗਈ ਫਲੈਟ ਦੇ ਅੰਦਰ ਤਾਂ ਉਹਨਾਂ ਨੇ ਦਰਵਾਜ਼ਾ ਖੋਲ੍ਹਣ ਤੋਂ ਮਨਾ ਕਰ ਦਿੱਤਾ। ਫਿਰ ਜਦ ਫੋਰਸਿਬਲੀ ਦਰਵਾਜ਼ਾ ਤੋੜ ਕੇ ਅੰਦਰ ਵੜੀ ਪੁਲਿਸ ਤਾਂ ਇਹਨੂੰ ਫੜਨ ਦੀ ਕੋਸ਼ਿਸ਼ ਕੀਤੀ। ਇਹਨੇ ਪਿੱਛੋਂ ਦੀ ਉੱਪਰਲੇ ਫਲੈਟ 'ਚੋਂ ਜੰਪ ਕਰਕੇ ਨੀਚੇ ਵਾਲੇ ਫਲੈਟ 'ਚ ਆ ਕੇ ਉਸ ਫਲੈਟ ਦੇ ਵਿੱਚ 2 ਬੱਚੀਆਂ ਅਤੇ ਇੱਕ ਉਹਨਾਂ ਦਾ ਜਿਹੜਾ ਫਲੈਟ ਘਰ ਦਾ ਮਾਲਕ ਹੈ ਉਹ ਅੰਦਰ ਸੀਗੇ, ਉਹ ਬੱਚੀਆਂ ਨੂੰ ਉਹਨਾਂ ਨੇ ਬੰਦੀਆਂ ਹੋਸਟੇਜ ਬਣਾ ਲਿਆ। ਛੋਟੀ ਬੱਚੀ ਨੂੰ ਚੁੱਕ ਕੇ ਇੱਧਰ ਬੈਲਕਨੀ 'ਚ ਲਿਆਇਆ, ਸਾਹਮਣੇ ਵਾਲੀ 'ਚ, ਸਾਹਮਣੇ ਵਾਲੀ ਬੈਲਕਨੀ 'ਚ ਲਿਆ ਕੇ ਉਹਨੂੰ ਆਏ ਸੀ ਵੀ ਪਬਲਿਕ ਦੇ ਵਿਊ ਦੇ ਵਿੱਚ ਵੀ ਮੈਂ ਇਹਨੂੰ ਗੋਲੀ ਮਾਰਾਂਗਾ, ਥਰੈਟਨ ਕਰਦਾ ਰਿਹਾ। ਪੁਲਿਸ ਦੇ ਸਾਡੇ ਇਹ ਪਾਰਟੀ ਇੰਸਪੈਕਟਰ DSP ਵਿਕਰਮ ਬਰਾੜ ਵੱਲੋਂ ਲੀਡ ਕੀਤੀ ਜਾ ਰਹੀ ਸੀ, ਅਤੇ ਉੱਪਰੋਂ ਉਹਨਾਂ ਨੇ ਖੜ ਕੇ ਇਹਨੂੰ ਕਿਹਾ ਸਰੈਂਡਰ ਕਰਨ ਨੂੰ। ਇਹਨੇ ਉਹਨਾਂ ਵੱਲ ਫਾਇਰ ਕੀਤਾ ਉੱਪਰ, ਅਤੇ ਉਸ ਤੋਂ ਬਾਅਦ ਉਹ ਬੱਚੀ ਦੇ ਸਿਰ ਦੇ ਉੱਤੇ ਗਨ ਰੱਖ ਲਿਆ ਅਤੇ ਉਹਨੂੰ ਧਮਕਾਉਂਦਾ ਸੀ ਪੁਲਿਸ ਨੂੰ ਵੀ ਮੈਂ ਇਹਨੂੰ ਮਾਰ ਦੂੰਗਾ। ਇਹਦਾ ਮੀਨਵਾਈਲ ਉਹਦੇ ਨਾਲ ਜਦੋਂ ਇਹ ਗੱਲ ਕਰ ਰਹੇ ਸੀ ਤਾਂ ਉੱਤੋਂ ਸਾਡੇ ਕਮਾਂਡੋ ਨੇ ਉੱਤੋਂ ਜੰਪ ਕਰਕੇ ਉਹਨੂੰ ਧੱਕਾ ਮਾਰਿਆ, ਜਿਹਨੇ ਉਹਨੇ ਫਾਇਰ ਕੀਤਾ ਉਹਨਾਂ ਦੇ। ਜਦੋਂ ਫਾਇਰ ਕੀਤਾ ਤਾਂ ਉਹ ਮੁੰਡੇ ਦੇ ਸੁਖਵਿੰਦਰ ਸਿੰਘ ASI ਦੇ ਗੋਲੀ ਲੱਗ ਗਈ ਪੱਟ 'ਚ, ਤਾਂ ਇਹਦਾ ਮੀਨਵਾਈਲ ਇਹਦੇ 2 ਗੋਲੀਆਂ ਲੱਗੀਆਂ ਜਿਨ੍ਹਾਂ ਕਰਕੇ ਇਹ ਇੱਥੋਂ ਉਹਨੂੰ ਹੋਸਪਿਟਲ ਲਿਜਾਇਆ ਗਿਆ, ਉਹ ਬੱਚੀ ਨੂੰ ਵੀ ਹੋਸਪਿਟਲ ਲਿਜਾਇਆ ਗਿਆ ਅਤੇ ਹਲੇ ਹੋਸਪਿਟਲ ਦੇ ਵਿੱਚ ਉਹ ਹਲੇ ਕਨਫਰਮ ਕਰ ਰਹੇ ਹਾਂ ਹੋਸਪਿਟਲ ਦੇ ਵਿੱਚ ਬੱਚੀ ਆਊਟ ਆਫ ਰੇਂਜਰ ਹੈ। 3 ਜਾਣੇ ਸੀਗੇ, 2 ਹੋਰ ਨਾਲ ਸੀ ਇਹਦੇ ਨਾਲ, ਇੱਕ ਕਿੰਦਾ ਕਾਣਾ ਹੈ ਤੇ ਇੱਕ ਗਿੰਦਾ ਕਾਣਾ ਲਖਵਿੰਦਰ ਜਰਮਨਜੀਤ। ਇਹ ਹਲੇ ਇਨਵੈਸਟੀਗੇਸ਼ਨ, ਬੱਚੀ ਦੇ ਪੈਰ 'ਤੇ ਗਨਸ਼ੋਟ ਲੱਗਿਆ ਹੋਇਆ, 6 ਸਾਲ ਅਕਸ਼ਿਤਾ ਨਾਲ ਦੀ ਲੜਕੀ।
ਉਸ ਨੇ ਅੰਕਿਤ ਨੇ ਜਦੋਂ ਉਹਨੂੰ ਥ੍ਰੈਟ ਕਰ ਰਿਹਾ ਸੀ ਸਿਰ ਤੇ ਮਾਰਨ ਦੇ ਬਜਾਏ ਤਾਂ ਉਹਨੇ ਪੈਰ ਦੇ ਵਿੱਚ ਮਾਰੇ 6 ਇਅਰਸ ਓਲਡ ਅਕਸ਼ਿਤਾ ਅਕਸ਼ਿਤਾ ਉਹਦਾ ਫਾਦਰ ਦਾ ਨਾਮ ਮੈਨੂੰ ਡਿਟੇਲ ਸਾਨੂੰ ਮਿਲੇ ਨਹੀਂ ਨਾ ਉਹ ਤਾਂ ਹਸਪੀਟਲ ਲੈ ਗਏ ਉਹਦੇ ਕੋਲ ਹਲੇ ਉਹ ਡਿਟੇਲ ਸਾਰੀਆਂ ਅਸੀਂ ਸਰਚ ਕਰ ਰਹੇ ਹਾਂ ਉਹਦੇ ਤੋਂ ਉਦੋਂ ਮੌਕੇ 'ਤੇ ਜਿਹੜੇ ਵੈਪਨ ਮਿਲੇ ਆ ਹੋਰ ਹੈ ਉਹ ਅਸੀਂ ਸੀਨ ਆਫ ਕ੍ਰਾਈਮ ਦੇ ਇਨਵੈਸਟੀਗੇਟ ਕਰ ਰਹੇ ਹਾਂ ਐਸ ਐਸ ਪੀ ਸਾਹਿਬ ਨੂੰ ਲੋਕਲ ਪੁਲਿਸ ਨੂੰ ਅਸੀਂ ਬੁਲਾ ਲਿਆ ਸੀ ਉਹ ਹੁਣ ਸਾਨੂੰ ਹਲੇ ਸਾਰੇ ਵੀ ਆਰ ਜਸਟ ਐਗਜ਼ਾਮਿਨਿੰਗ ਦਾ ਸੀਨ ਆਫ ਕ੍ਰਾਈਮ ਸਾਡੀ ਪਹਿਲੀ ਪ੍ਰਾਇਓਰਟੀ ਸੀਗੀ ਉਹ ਬੱਚੀ ਅਤੇ ਉਹਨੂੰ ਜਿਹੜਾ ਦੇਖ ਕੇ ਕਿ ਜਿਹੜੇ ਇੰਜਰਡ ਨੇ ਜਾਂ ਹੋਰ ਨੇ ਉਹਨਾਂ ਨੂੰ ਟੇਕ ਕੇਅਰ ਕਰਨਾ ਅਸੀਂ ਇੱਥੇ ਆ ਗਏ ਸੀਗੇ ਅਰਾਊਂਡ 6 ਵਜੇ ਇਹ ਜਦੋਂ 6:30 ਦੇ 6:30 ਦੇ ਦਰਮਿਆਨ ਸ਼ੁਰੂ ਹੋਇਆ ਸੀਗਾ ਅਬਾਊਟ 15-20 ਮਿੰਟਸ ਇਹਦੇ ਸਾਰਾ ਚੱਲਿਆ ਜਦੋਂ ਤਕਰੀਬਨ 35 ਮਿੰਟ ਹੀ ਲੱਗ ਗਏ ਸੀਗੇ ਜਦੋਂ ਇਹ ਸਾਰਾ ਕੰਮ ਹੋਇਆ ਜਦੋਂ ਉਹਨੂੰ ਪਹਿਲਾਂ ਸਰੈਂਡਰ ਕਰਨ ਨੂੰ ਕਹਿੰਦੇ ਰਹੇ ਹੋਰ ਕਰਦੇ ਰਹੇ ਪਰ ਇਹਦਾ ਮੀਨਵਾਈਲ ਫਿਰ ਜਦੋਂ ਇਹਨੇ ਪਿਸਟਲ ਜਿਹੜੇ ਰਿਵੋਲਵਰਸ ਨੇ ਰਿਵੋਲਵਰਸ ਤੇ ਪਿਸਟਲਸ ਡਿਟੇਲਸ ਵੈਪਨ ਦੇ ਉਸਰੋਂ ਬਚ ਦਿੱਤੇ ਹਾਂਜੀ ਇਹ ਜੁਆਇੰਟ ਆਪਰੇਸ਼ਨ ਹੈ ਪੰਜਾਬ ਪੁਲਿਸ ਦੇ ਨਹੀਂ ਸਾਡਾ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਓਕੂ ਦਾ ਆਪਰੇਸ਼ਨ ਹੈ ਸਪੈਸੀਫਿਕਲੀ ਉਸ ਕੰਮ ਦੇ ਕੀਤਾ ਸੀ ਇੱਕ ਦਾ ਹੈਗਾ ਜੀ ਗਿੰਦਾ ਕਾਣਾ ਤੇ ਦੂਸਰਾ ਜਰਮਨਜੀਤ ਇਹਦੀ ਅਕਸ਼ਰ 25 ਸਾਲ ਦਾ 20-22 ਤਾਂ ਮਿਨੀਮਮ ਹੈਗੇ ਆ ਹੁਣੇ ਰਾਜਸਥਾਨ ਪੁਲਿਸ ਨੇ ਥੋੜੇ ਦਿਨ ਪਹਿਲਾਂ 1 ਲੱਖ ਰੁਪਇਆ ਨਾਮ ਰੁਪਇਆ ਰੱਖਿਆ ਹੋਇਆ ਉਸ ਤੋਂ ਪਹਿਲਾਂ ਪੰਜਾਬ ਦਾ ਵੀ ਹੈਗਾ ਹਰਿਆਣੇ ਦਾ ਵੀ ਹੈਗਾ ਲਾਰੈਂਸ ਬਿਸ਼ਨੋਈ ਦਾ ਸ਼ਾਰਪ ਸ਼ੂਟਰ ਇਹਨਾਂ ਨੇ ਡਕੈਤੀਆਂ ਲੁੱਟਾਂ ਕਿਡਨੈਪਿੰਗ ਬਥੇਰੀ ਰਿਪੋਰਟ ਸਿੱਖ ਟੀਵੀ